ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਸਰਵਿਸਿਜ਼ ਨਿਯਮਾਂ ਦੀ ਥਾਂ ਕੇਂਦਰੀ ਸਰਵਿਸਿਜ਼ ਨਿਯਮਾਂ ਨੂੰ ਲਾਗੂ ਕਰਨ ਦਾ ਸੀਐਮ ਭਗਵੰਤ ਮਾਨ ਨੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਦੂਜੇ ਰਾਜਾਂ ਅਤੇ ਸੇਵਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੜਾਅਵਾਰ ਥੋਪ ਰਹੀ ਹੈ। ਇਹ ਪੰਜਾਬ ਪੁਨਰਗਠਨ ਐਕਟ 1966 ਦੇ ਸਿਧਾਂਤਾਂ ਅਤੇ ਭਾਵਨਾਵਾਂ ਦੇ ਵਿਰੁੱਧ ਹੈ। ਪੰਜਾਬ ਚੰਡੀਗੜ੍ਹ 'ਤੇ ਆਪਣੇ ਹੱਕੀ ਦਾਅਵੇ ਲਈ ਜ਼ੋਰਦਾਰ ਸੰਘਰਸ਼ ਕਰੇਗਾ। ਸੋ ਇਹ ਟਵੀਟ ਭਗਵੰਤ ਮਾਨ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਭਗਵੰਤ ਮਾਨ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਨਿਯਮ ਨੂੰ ਲਾਗੂ ਕਰਨਾ ਪੰਜਾਬ ਕੋਲੋਂ ਉਸਦੇ ਚੰਡੀਗੜ੍ਹ ਦੇ ਹੱਕ ਖੋਏ ਜਾਣਾ ਕਰਾਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਕੰਟਰੋਲ ਅਤੇ ਪੰਜਾਬ ਦੇ ਅਧਿਕਾਰਾਂ ਨੂੰ ਹੜੱਪਣ ਦੇ ਭਾਜਪਾ ਦੇ ਤਾਨਾਸ਼ਾਹੀ ਫੈਸਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ। ਖਹਿਰਾ ਨੇ ਕੇਂਦਰੀ ਮੰਤਰੀ ਸ਼ਾਹ ਵੱਲੋਂ ਕੀਤੇ ਐਲਾਨ 'ਤੇ ਅੱਗੇ ਕਿਹਾ, ਇਹ ਪੰਜਾਬ ਦਾ ਹੈ ਅਤੇ ਇਹ ਇੱਕ ਪਾਸੜ ਫੈਸਲਾ ਨਾ ਸਿਰਫ ਸੰਘਵਾਦ 'ਤੇ ਸਿੱਧਾ ਹਮਲਾ ਹੈ ਬਲਕਿ ਪੰਜਾਬ ਦੇ ਚੰਡੀਗੜ੍ਹ ਉੱਪਰ 60% ਕੰਟਰੋਲ ਵਾਲੇ ਹਿੱਸੇ 'ਤੇ ਵੀ ਹਮਲਾ ਹੈ। ਉਹਨਾਂ ਕਿਹਾ ਸੀ ਕਿ ਭਗਵੰਤ ਮਾਨ ਨੂੰ ਉਹ ਬੇਨਤੀ ਕਰਦੇ ਹਨ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਸਾਰੇ ਕਰਮਚਾਰੀ ਨੂੰ ਆਪਣੇ ਅਧੀਨ ਕਰਨ ਵਾਲੇ ਪੰਜਾਬ ਵਿਰੋਧੀ ਫੈਸਲੇ 'ਤੇ ਆਪਣੀ ਚੁੱਪੀ ਤੋੜਨ। ਖਹਿਰਾ ਨੇ ਕਿਹਾ ਕਿ ਤੁਸੀਂ ਬੀਜੇਪੀ ਦੇ ਫੈਸਲੇ ਦਾ ਸਮਰਥਨ ਕਰਦੇ ਹੋ, ਜੇਕਰ ਨਹੀਂ ਤਾਂ ਕਿਰਪਾ ਕਰਕੇ ਆਪਣਾ ਸਟੈਂਡ ਸਪਸ਼ਟ ਕਰੋ, ਕਿਉਂਕਿ ਇਹ ਫੈਸਲਾ ਚੰਡੀਗੜ੍ਹ 'ਤੇ ਸਾਡੇ ਦਾਅਵੇ ਨੂੰ ਕਮਜ਼ੋਰ ਕਰ ਦੇਵੇਗਾ। ਸੀਐਮ ਭਗਵੰਤ ਮਾਨ ਵੱਲੋਂ ਆਪਣਾ ਰੁੱਖ ਸਾਫ਼ ਕਰਦਿਆਂ ਇਸ ਫੈਸਲੇ ਦਾ ਹੁਣ ਸਖ਼ਤ ਵਿਰੋਧ ਕੀਤਾ ਜਾ ਰਿਹਾ। ਉੱਧਰ ਅਕਾਲੀ ਦਲ ਵੱਲੋਂ ਵੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੇ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਗਿਆ। ਅਕਾਲੀ ਦਲ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਨਿਯਮਾਂ ਨੂੰ ਥੋਪਣ ਦਾ ਕੇਂਦਰੀ ਗ੍ਰਹਿ ਮੰਤਰਾਲੇ ਦਾ ਫੈਸਲਾ ਪੰਜਾਬ ਪੁਨਰਗਠਨ ਐਕਟ ਦੀ ਭਾਵਨਾ ਦੀ ਉਲੰਘਣਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵਿੱਟਰ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, ਇਸ ਦਾ ਮਤਲਬ ਹੈ ਪੰਜਾਬ ਨੂੰ ਰਾਜਧਾਨੀ ਦੇ ਹੱਕ ਤੋਂ ਸਦਾ ਲਈ ਵਾਂਝਾ ਕਰਨਾ। BBMB ਵਿੱਚ ਤਬਦੀਲੀ ਤੋਂ ਬਾਅਦ ਪੰਜਾਬ ਦੇ ਹੱਕਾਂ ਲਈ ਇਹ ਇੱਕ ਹੋਰ ਵੱਡਾ ਧੱਕਾ ਹੈ। ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਚੰਡੀਗੜ੍ਹ ਫੇਰੀ ਦੌਰਾਨ ਐਲਾਨ ਕੀਤਾ ਹੈ ਕਿ 27 ਮਾਰਚ 2022 ਤੋਂ ਚੰਡੀਗੜ੍ਹ ਵਿੱਚ ਕੇਂਦਰੀ ਸਰਵਿਸਿਜ਼ ਰੂਲ ਲਾਗੂ ਹੋਣਗੇ। ਉਹਨਾਂ ਇਹ ਵੀ ਕਿਹਾ ਸੀ ਕਿ ਇਸ ਦਾ ਨੋਟੀਫਿਕੇਸ਼ਨ ਸੋਮਵਾਰ ਤੱਕ ਜਾਰੀ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਕੇ ਸਭੀ ਕਰਮਚਾਰੀਓ ਕੋ ਇਹ ਸ਼ੁਭ ਸਮਾਚਾਰ ਵੀ ਦੇਣਾ ਚਾਹਤਾ ਹੂੰ ਕਿ ਆਜ ਸੇ ਚੰਡੀਗੜ੍ਹ ਪ੍ਰਸ਼ਾਸਨ ਕੇ ਸਭੀ ਕਰਮਚਾਰੀਓ ਕੀ ਸੇਵਾ ਕੀ ਸ਼ਰਤੋਂ ਕੋ ਕੇਂਦਰੀ ਸਿਵਲ ਸੇਵਾਓਂ ਕੇ ਸਾਥ ਜੋੜਨੇ ਕਾ ਨਿਰਣੈ ਭਾਰਤ ਸਰਕਾਰ ਨੇ। ਇਸ ਸੇ ਬਹੁਤ ਬੜਾ ਫਾਇਦਾ ਆਪ ਲੋਗੋਂ ਕੋ ਹੋਣੇ ਵਾਲਾ ਹੈ ਕਿ ਸਭ ਸੇ ਪਹਿਲੇ ਤੋ ਆਪਕੀ ਸੇਵਾ ਨਿਵਰੁਤੀ ਕੀ ਵਯ ਬੜ ਜਾਏਗੀ, 58 ਕੀ ਜਗਹ 60 ਹੋ ਜਾਏਗੀ। ਸਿਕਸ਼ਾ ਕੇ ਸਾਥ ਜੁੜੇ ਹੋਏ ਸਭੀ ਕਰਮਚਾਰੀ ਅਧਿਕਾਰੀ ਜੋ ਹੈ, ਸਿਕਸ਼ਾ ਸੰਸਥਾਨ ਕੇ ਸਿਕਸ਼ਕ ਪ੍ਰੋਫੈਸਰ, ਸਿਕਸ਼ਣ ਸੰਕਾਇ ਕੇ ਸਭੀ ਕਾ ਨਿਵ੃ਤੀ ਕਾ ਆਯੂ 65 ਹੋ ਜਾਏਗਾ ਔਰ ਬਾਲ ਸਿਕਸ਼ਾ ਕੇ ਬੱਚੇ ਕੇ ਵੀ ਆਪ ਲੋਗ ਹੱਕਦਾਰ ਹੋ ਜਾਏਗੇ ਔਰ ਮਹਿਲਾ ਕਰਮਚਾਰੀਓ ਕੇ ਲਿਏ ਚਾਈਲਡ ਕੇਅਰ ਕੇ ਲਿਏ 1 ਸਾਲ ਕੀ ਜਗਹ 2 ਸਾਲ ਕੀ ਛੁੱਟੀ ਵੀ ਇਸ ਦੇ ਅੰਦਰ ਸ਼ਾਮਿਲ ਹੈ। ਬਹੁਤ ਸਮੇਂ ਸੇ ਇਹ ਮਾਂਗ ਚੰਡੀਗੜ੍ਹ ਪ੍ਰਸ਼ਾਸਨ ਕੇ ਕਰਮਚਾਰੀ ਅਧਿਕਾਰੀਓ ਕੀ ਥੀ। ਅੱਜ ਮੋਦੀ ਜੀ ਨੇ ਇਹ ਬਹੁਤ ਬੜਾ ਫੈਸਲਾ ਲਿਆ ਹੈ, ਕੱਲ ਹੀ ਇਸਕਾ ਨੋਟੀਫਿਕੇਸ਼ਨ ਨਿਕਲ ਜਾਏਗਾ ਔਰ ਆਪ ਲੋਗੋਂ ਕੋ ਨਏ ਮਹੀਨੇ ਸੇ ਨਏ ਫਾਈਨੈਂਸ਼ੀਅਲ ਈਅਰ ਸੇ ਇਸਕਾ ਫਾਇਦਾ ਮਿਲਣਾ ਬਹੁਤ ਜ਼ਰੂਰੀ ਹੈ। ਸੋ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਕਹਿਣਾ, ਤੁਹਾਡੇ ਕੀ ਵਿਚਾਰ ਨੇ, ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ। ਦੇਖਦੇ ਰਹੋ ਲਾਈਵ ਤੇਜ਼ ਚੈਨਲ।